ਤੁਹਾਨੂੰ ਪਤਾ ਲੱਗਾ ਤੂੰ ਵੀ ਆਪਦਾ ਟਰੱਕ ਚੱਕ ਡਰਾਈਵਰ ਨੂੰ ਪਾਇਆ ਵਿੱਚ ਸਰਪ੍ਰਾਈਜ਼ ਵਿਜ਼ਿਟ ਹੋਣ ਲੱਗੀ ਆ ਕਿਸੇ ਦੀ ਕੌਣ ਪਟਿਆਲਾ ਕਹਿੰਦੇ ਆ ਕਿ ਪਹਿਲੀ ਵਾਰੀ ਰਾਜਸਥਾਨ ਚੱਲੇ ਆ ਤੇ ਰਸਤਾ ਨਹੀਂ ਪਤਾ ਤੇ ਹੁਣ ਪਤਾ ਲੱਗੂਗਾ ਹੀ ਕਿਵੇਂ ਦਾ ਕੀ ਮਾਹੌਲ ਚਾਲ ਤੂੰ ਬੜੀ ਬੁੱਕਲ ਮਾਰੀ ਆ ਉੱਥੇ ਜਾ ਕੇ ਟੀ ਸ਼ਰਟਾਂ ਪੈ ਜਾਣੀਆਂ ਕਹਿੰਦੇ ਗਰਮੀ ਵਾਹਵਾ ਹੀ ਆ ਫਿਊ ਮੋਮੈਂਟਸ ਲੇਟਰ ਲੋ ਵੀ ਮਿੱਤਰੋ ਕਹਿੰਦੇ ਸਟਾਪ ਦਾ ਟਾਈਮ ਆ ਗਿਆ ਹੈ ਮੇਰੇ ਵੀਰੋ ਸਟਾਪ ਦਾ ਹਾਂਜੀ ਕੀ ਖਾਣਾ ਕੀ ਮੇਰੇ ਪੁੱਤ ਨੇ ਦੱਸ ਆਪਣੀ ਯੂਟਿਊਬ ਫੈਮਿਲੀ ਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ ਕਰ ਦਿਓ ਕੋ ਗੁੱਡ ਮਾਰਨਿੰਗ ਕੋ ਗੁੱਡ ਮਾਰਨਿੰਗ ਹੋ ਚੱਲੀ ਹੈ ਅਤੇ ਅਜੇ ਅਸੀਂ ਰਾਜਸਥਾਨ ਦੂਰ ਦੂਰ ਤੱਕ ਨਹੀਂ ਪਹੁੰਚੇ ਆਪਣੇ ਸੱਜਣਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਤੁਸੀਂ ਨਵਾਬ ਸਾਹਿਬ ਹਾਂ ਹੋਰ ਕੋਈ ਸੁਨੇਹਾ ਸੱਜਣੋ ਛੋਟੇ ਨਵਾਬ ਸਾਹਿਬ ਨੇ ਸੁਨੇਹਾ ਦੇ ਦਿੱਤਾ ਹੈ ਤੁਹਾਨੂੰ ਸਾਰਿਆਂ ਨੂੰ ਕੀ ਕਿਹਾ ਕੀ ਵੈਸੇ ਤਾਂ ਦੱਸ ਦਿਓ ਟਰਾਂਸਲੇਟ ਤਾਂ ਕਰ ਦਈਏ ਇਹਨੂੰ ਮਾੜਾ ਜਿਹਾ ਕੋਈ ਗੱਲ ਨਹੀਂ ਕਹਿ ਦਿੰਦਾ ਉਹ ਕਹਿੰਦਾ ਆ ਕਿ ਕੱਲ੍ਹ ਨੂੰ ਆਪਾਂ ਰਾਜਸਥਾਨ ਪਹੁੰਚ ਜਾਣਾ ਆ ਅਤੇ ਕੱਲ੍ਹ ਓਕੇ ਅੱਜ ਚੱਲ ਜਾਣਾ ਸੋਰੀ ਗਲਤੀ ਨਾਲ ਕੱਲ੍ਹ ਕਿਹਾ ਗਿਆ ਅਤੇ ਹੁਣੇ ਇੰਨੀ ਛੇਤੀ ਹੁਣ ਮੈਂ ਜਹਾਜ਼ ਥੋੜ੍ਹੀ ਰੱਖਿਆ ਆ ਤੂੰ ਤਾਂ ਕਹਿੰਦਾ ਹੁਣੇ ਓਹੋ ਕਹਿੰਦਾ ਜਹਾਜ਼ ਲੈ ਲਓ ਫਿਰ ਲੈਣਾ ਜਾਣਾ ਕਿਹੜੀ ਗੱਲ ਆ ਉਹ ਤੁਹਾਡੀ ਭੈਣ ਸੱਜਣੋ ਇਹਨੇ ਨਹੀਂ ਜੇ ਮੈਨੂੰ ਅੱਜ ਵਲੋਗ 'ਚ ਬੋਲਣ ਦੇਣਾ ਅਤੇ ਆਪਾਂ ਥੋੜ੍ਹਾ ਚਿਰ ਬਾਅਦ ਕੰਟੀਨਿਊ ਕਰਦੇ ਹਾਂ ਲਓ ਵੀ ਸੱਜਣੋ ਸਾਡੇ ਨਾਲ ਟ੍ਰਿਪ 'ਤੇ ਇੱਕ ਬੰਦਾ ਹੋਰ ਐਡ ਹੋ ਚੁੱਕਾ ਆ ਆਪਣਾ ਭਰਾ ਸਾਰੇ ਜਾਣਦੇ ਹੋ ਗਏ ਡੈਵਿਡ ਸੰਧੂ ਕਹਿੰਦੇ ਸਾਡੇ ਨਾਲ ਰਾਜਸਥਾਨ ਜਾ ਰਿਹਾ ਏ ਅਤੇ ਤੁਹਾਡੀ ਮੁਲਾਕਾਤ ਕਰਾਉਣੀ ਆ ਸਾਰੇ ਭਰਾਵਾਂ ਦੀ ਲਓ ਵੀ ਸੱਜਣੋ ਹਾਜ਼ਰ ਆ ਡੈਵਿਡ ਸੰਧੂ ਜੀ ਹੁਣ ਜਾਣ ਅੱਗੇ ਰਾਜ ਗੱਡੀ ਤੂੰ ਚਲਾਉਣੀ ਹੋ ਲਓ ਵੀ ਮਿੱਤਰੋ ਹੁਣ ਅੱਗੇ ਰਾਜਸਥਾਨ ਦੇ ਰਾਹ 'ਚ ਗੱਡੀ ਡੈਵਿਡ ਸੰਧੂ ਜੀ ਚਲਾਉਣਗੇ ਨਵਾਬ ਸਾਹਿਬ ਵੀ ਕਾਹਲੇ ਪੈ ਗਏ ਆ ਕਹਿੰਦੇ ਚਲੋ ਚੱਲੀਏ ਚਲੋ 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 ਵੀਰ ਜੀ ਚਲੋ 3 hours later ਲੋ ਵੀ ਸੱਜਣੋ ਕਹਿੰਦੇ ਥੋੜ੍ਹਾ ਜਿਹਾ ਨਵਾਬ ਸਾਹਿਬ ਆਪਣੇ ਥੱਕ ਗਏ ਨੇ ਅਤੇ ਉਹ ਕਹਿੰਦੇ ਕਿ ਆਪਾਂ ਸਟੇ ਮਾਰ ਲਈਏ ਰਸਤੇ 'ਚ ਲੋ ਵੀ ਮਿੱਤਰੋ ਕਹਿੰਦੇ ਸਕਸੈਸਫੁਲੀ ਸਟੋਪ ਮਾਰ ਲਿਆ ਵਾ ਕਹਿੰਦੇ ਬੰਦੇ ਥੱਕ ਗਏ ਸੀ ਅਤੇ ਨਵਾਬ ਸਾਹਿਬ ਨੂੰ ਰੈਸਟ ਚਾਹੀਦੀ ਸੀ ਥੋੜ੍ਹੀ ਜਿਹੀ ਹੁਣ ਆਪਾਂ ਸੱਜਣੋ ਥੋੜ੍ਹਾ ਜਿਹਾ ਰੈਸਟ ਕਰਕੇ ਉੱਠ ਕੇ ਵਿਹਨੇ ਹਾਂ ਸ਼ਾਮ ਨੂੰ ਜਾਂ ਦੁਪਹਿਰੇ ਉਹ ਹਿਸਾਬ ਨਾਲ ਫਿਰ ਚੱਲਾਂਗੇ ਅਤੇ ਰਾਜਸਥਾਨ ਪਹੁੰਚ ਕੇ ਫਿਰ ਹੀ ਵਲੌਗ ਦੀ ਐਂਡਿੰਗ ਕਰਾਂਗੇ ਮੇਰੇ ਵੀਰੋ 6.5 hours later ਲਓ ਵੀ ਸੱਜਣੋ ਤੁਰਤੇ ਪਏ ਆ ਫਿਰ ਪਰ ਭੈਣ ਜਿਹੜਾ ਐਡਬਲੀ ਵਾਲਾ ਚੱਕਰ ਆ ਨਾ ਆਹ ਗੱਲ ਬਹੁਤ ਮਾੜੀ ਆ ਜਿਸ ਤਰ੍ਹਾਂ ਫੋਰਚੂਨਰ ਦੀ ਤੇ ਐਡਬਲੀ ਦਾ ਲੈਵਲ ਜਦੋਂ ਲੋ ਹੋ ਜਾਂਦਾ ਵਾ ਉੱਥੋਂ ਜਦੋਂ ਅਸੀਂ ਹਿਮਾਲੀਆ ਤੁਰੇ ਉਦੋਂ ਐਡਬਲੀ ਸ਼ੋਅ ਕੀਤਾ ਹੁਣ ਤੇ 200-300 ਕਿਲੋਮੀਟਰ ਰਹਿ ਗਿਆ 200-300 ਕਿਲੋਮੀਟਰ ਬਾਅਦ ਸਤਿ ਸ਼੍ਰੀ ਅਕਾਲ ਕਰ ਜਾਣੇ ਕਹਿੰਦੇ ਇਹ ਚੱਕਰ ਪੈ ਜਾਂਦਾ ਕਿਤੇ ਇੱਥੋਂ ਇੰਡੀਅਨ ਆਇਲ ਵਾਲਿਆਂ ਕੋਲ ਵੀ ਨਹੀਂ ਮਿਲਿਆ ਯੂਰੀਆ ਹੁਣ ਤੁਸੀਂ ਦੱਸੋ ਕਿ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਪਿੰਦੋ ਗੱਲ ਬਣ ਨਹੀਂ ਰਹੀ ਸੱਜਣੋ ਫਾਈਨਲੀ ਕਹਿੰਦੇ ਐਡਬਲੂ ਮਿਲ ਗਿਆ ਵਾ ਭਾਵੇਂ ਦੂਰੋਂ ਹੀ ਮਿਲਿਆ ਕਰਿਓ ਤੇ ਬਹੁਤ ਤੰਗ ਹੋਏ ਪਰ ਮਿਲ ਗਿਆ ਕਹਿੰਦੇ ਦੋ ਟਰੈਕਟਰ ਵੀ ਭਾਈ ਹੋਣਾ ਲਾਏ ਆ ਬੱਕਰੇ ਬੱਕਰੇ ਜੇ ਕਹਿੰਦੇ ਹਾਈਵੇ ਪੂਰਾ ਘੈਂਟ ਹੈ ਪਰ ਤੇ ਮੌਸਮ ਵੀ ਫੋਲੀ ਬੜੀਆ ਹੈ ਦੱਸੋ ਸੱਜਣੋ ਕੈਨੇਡਾ ਵਾਲੇ ਬੱਦਲ ਲੱਗ ਨਹੀਂ ਇਹ ਨਿਊਜ਼ੀਲੈਂਡ ਵਾਲੇ ਬੱਦਲ ਲੱਗਦੇ ਉਹ ਜ਼ਿਆਦਾ ਘੈਂਟ ਉੱਥੇ ਇੱਕ ਤਾਂ ਸਾਡੇ ਉਹ ਬੰਦੇ ਨੇ ਉਹਨੇ ਟਿਕਾ ਕਦੀ ਕਿਤੇ ਗੱਡੀ ਸਾਈਡ 'ਤੇ ਲਾਇਕ ਲਵਾਉਂਦਾ ਕਦੀ ਕਿਤੇ
ਚਲੋ ਪਿੰਦੂ ਤੂੰ ਵੀ ਆਪਦਾ ਟਰੱਕ ਚੱਕ, ਉਹ ਬੰਦੇ ਨੂੰ ਡਰਾਈਵਰ ਨੂੰ ਪਾਇਆ ਵਿੱਚ ਚੱਲ। ਓ ਬੱਲੇ ਟਰੋ, ਵੈਰੀ ਗੁੱਡ। ਲਓ ਜੀ ਮਿੱਤਰੋ, ਕਹਿੰਦੇ ਸਵਾਗਤ ਹੋਣ ਡਿਆ ਵੱਡੇ ਲੈਵਲ ਤੇ, ਪਤਾ ਲੱਗ ਜਾਏ ਕਿ ਰਾਜਸਥਾਨ ਆਏ ਹੈ। ਵਾਹ ਜੀ ਵਾਹ, ਕਿਆ ਬਾਤੇ ਹੈ। ਰੰਗੀਲੋ ਰਾਜਸਥਾਨ, ਰੰਗੀਲੋ ਰਾਜਸਥਾਨ ਜੋ ਤੇ ਜਾਣ, ਇਸਕਾ ਮਤਲਬ ਕਿਆ ਹੈ ਰੰਗੀਲੋ ਰਾਜਸਥਾਨ ਕਾ? ਆਓ ਪਧਾਰੋ ਮਾਰੇ ਦੇਸ। ਹਾਂ ਓਕੇ, ਆਓ ਪਧਾਰ ਗਏ ਨਾ, ਫਿਰ ਪਧਾਰ ਗਏ ਨਾ। ਲਓ ਵੀ ਮਿੱਤਰੋ, ਕਹਿੰਦੇ ਮੇਰੀ ਤੇ ਨਵਾਬ ਦੀ ਪੇਟ ਪੂਜਾ ਗਈ ਆ ਹੋ, ਤੇ ਹੁਣ ਅਸੀਂ ਆਪਣੇ ਨਾਲ ਦੇ ਸੱਜਣਾਂ ਦੀ ਪੇਟ ਪੂਜਾ ਦਾ ਵੇਟ ਕਰ ਰਹੇ ਆ। ਕੋਈ ਚੀਜ਼ ਨਹੀਂ ਆ ਕਿ ਜਿਹੜੀ ਇਹਨੇ ਨਾ ਚੱਕ ਕੀਤੀ ਹੋਵੇ, ਤੇ ਇਹ ਜਿਤਨਾ ਅੱਗੇ ਨਾ ਚਾਂਪਾਂ ਭੱਜ ਚੱਲੀਆਂ ਪਲੇਟ ਚੋਂ, ਐਂ ਦੂਹੋ ਦੂ ਲੱਗੀ ਆ, ਧਿਆਨ ਵੀ ਨਹੀਂ ਇੱਧਰ ਉੱਧਰ ਕਰਦੀ। ਵੈਰੀ ਬੈਡ ਟਰੱਕ ਜੋ। ਲਓ ਵੀ ਮਿੱਤਰੋ, ਖਾ ਪੀ ਕੇ ਹੋ ਗਏ ਵਿਹਲੇ, ਤੇ ਕਹਿੰਦੇ ਆ ਕਿ ਐਂਡ ਕਰਵਾ ਛੋੜੀ ਹੈ ਬਾਈ ਜਾਨ ਨੇ। ਬਾਈ ਜਾਨ ਬਹੁਤ ਬਹੁਤ ਵਧੀਆ ਥਾ ਸਭ ਕੁਛ ਖਾਣੇ ਪੀਣੇ ਵਾਲਾ। ਓਕੇ ਜੀ ਓਕੇ। ਅਜੇ ਵੀ ਆਪਾਂ ਸੋਚੋ, ਅਜੇ ਵੀ ਸਟਿਲ ਆਪਾਂ ਰਾਜਸਥਾਨ ਨਹੀਂ ਪਹੁੰਚੇ, ਪਰ ਜਲਦੀ ਪਹੁੰਚਾਂਗੇ। ਤੇ ਇਹ ਨਾ ਹੋਵੇ ਕਿ ਮੈਨੂੰ ਵਲੌਗ ਬਣਾਉਂਦੇ ਉਹ ਗੱਲ ਹੋਈ, ਜਿਹਦਾ ਡਰ ਹੀ ਆ ਵੇਖੋ ਚੋਰੀ ਹੋਣ ਡਈ, ਆ ਫਿਰ ਚੋਰੀ ਹੋਣ ਡਈ। ਐਂ ਆ ਫਿਰ ਮੰਗਾਈ ਕਿੰਨੇ? ਹੈਂ ਕਿੰਨੇ ਮੰਗਾਈਏ? ਭਰਾ ਮੇਰੇ ਨੇ ਦੇਖਿਆ ਨਵਾਬ, ਦੇਖਿਆ ਦੇਖਿਆ ਇਹ ਕਰਦਾ ਠੱਗੀਆਂ ਠੋਰੀਆਂ ਆਪਣੇ ਨਾਲ। ਲਓ ਵੀ ਮਿੱਤਰੋ, ਤੁਰ ਪਏ ਹੁਣ ਆਪਾਂ ਆਪਣੀ ਮੰਜ਼ਿਲ ਵੱਲ ਨੂੰ ਦੁਬਾਰਾ। ਬਾਬਾ ਕਿਰਪਾ ਕਰੇ, ਬੰਦਾ ਆਪਣਾ ਇੱਕ ਆਹ ਖੜਾ ਆ। ਚਲੋ ਵੀ ਸੱਜਣ ਜੀ, ਚਲੋ ਚਲੋ ਚਲੋ, ਵੈਰੀ ਗੁੱਡ, ਚਾੜ ਦੋ ਜਹਾਜ਼ ਫਿਰ ਪਲੈਟਫਾਰਮ। ਸਾਥੀ ਸਾਡਾ ਬਰਾਬਰ 'ਤੇ ਬਹਿ ਗਿਆ, ਕਹਿੰਦਾ ਗੱਡੀ ਮੈਂ ਚਲਾਉਣੀ ਆ, ਬਟ ਉਹਨੂੰ ਆਪਾਂ ਧੋ ਕੇ ਜਵਾਬ ਦੇ ਦਿੱਤਾ ਕਿ ਨੋ। ਹਾਂਜੀ ਸੱਜਣੋ, ਪਹੁੰਚ ਗਏ ਆ ਜੀ ਫਾਈਨਲੀ ਜੈਪੁਰ ਆਪਾਂ, ਤੇ ਗੱਡੀ ਲਾਉਣ ਡਿਆ ਪਿੰਦੂ ਭਾਈ ਬੈਕ ਕਰਕੇ, ਐਂ ਸਿੱਧੀ ਜੀ ਕਰਕੇ ਕਹਿੰਦੇ ਖਿਲਾਰ ਦਿਉ। ਅਤੇ ਇੱਥੇ ਆਪਾਂ ਲਿਆ ਵਾ ਸੱਜਣੋ ਰੂਮ, ਅਤੇ ਕੱਲ੍ਹ ਨੂੰ ਹੁਣ ਆਪਾਂ ਘੁੰਮਣਾ ਫਿਰਨਾ ਸ਼ੁਰੂ ਕਰਾਂਗੇ, ਅੱਜ ਤਾਂ ਮਾਰਾਂਗੇ ਰੈਸਟ ਜੇ। ਪਤਾ ਨਹੀਂ ਕੀ ਕਰੀ ਜਾਣ ਡਿਆ ਵਾ ਭਰਾ, ਕੀ ਕਰਨ ਡਿਆ ਆ? ਕੱਪੜੇ ਕੁਪੜੇ ਚੱਕ ਲਈਏ ਸਵੇਰ ਲਈ। ਚਲੋ ਚੱਲੀਏ ਫਿਰ, ਬਹੁਤ ਲੇਟ ਹੋ ਗਏ ਆ। ਅਤੇ ਸੱਜਣਾ ਨੂੰ ਆਪਾਂ ਫਿਰ ਕੱਲ੍ਹ ਦੱਸੀਏ ਘੁੰਮਣਾ ਫਿਰਨਾ, ਮਨਾਲੀ ਕਸੌਲ ਦਾ ਹੀ ਆਪਣੀ ਫੇਵਰੇਟ ਜਗ੍ਹਾ ਹੀ ਸੱਜਣਾ ਉਹ ਆ ਮਨਾਲੀ ਕਸੌਲ। ਮੈਂ ਮਨਾਲੀ ਤੈਨੂੰ ਪਤਾ ਪਹਿਲੀ ਵਾਰੀ ਕਦੋਂ ਗਿਆ ਲਾਲਾ ਜੀ? 2000 7ਵੀਂ 8ਵੀਂ ਚ ਹਾਂ, ਮੈਨੂੰ ਹੁਣ 2000 ਤੋਂ ਨਹੀਂ, ਮੈਨੂੰ ਪਤਾ 2000 ਅਤੇ ਸੱਜਣਾ ਉਦੋਂ ਉਹ ਟਾਈਮ 'ਤੇ ਕਿਤੇ ਗਿਆ, ਪਰ ਐਵੇਂ ਤੁਹਾਨੂੰ ਕਹਾਂ ਉਦੋਂ ਆਪਾਂ ਨੂੰ ਇੰਨਾ ਜ਼ਿਆਦਾ ਪਤਾ ਨਹੀਂ ਹੁੰਦਾ, ਉਦੋਂ ਸਿਰਫ ਇੰਨਾ ਪਤਾ ਹੁੰਦਾ ਕਿ ਪਹਾੜੀ ਏਰੀਏ 'ਚ ਆਏ ਹਾਂ। ਹੁਣ ਆਪਾਂ ਜਿੰਨਾ ਉੱਥੇ ਤੁਰੇ ਫਿਰੇ, ਹੁਣ ਤਾਂ ਆਪਾਂ ਨੂੰ ਆਪਣੀ ਫੇਵਰੇਟ ਜਗ੍ਹਾ ਹੋ ਚੁੱਕੀ ਆ ਉਹ, ਜਿਹੜੀ ਸਹੀ ਗੱਲ ਆ। ਹੁਣ ਐਂ ਲੱਗਦਾ ਵਾ ਕਿ ਜੇ ਤੁਹਾਡੇ ਟਾਈਮ ਪਾਸ ਨਾ ਹੋਵੇ ਤਾਂ ਆਪਾਂ ਇਹ ਸੋਚ ਲਈਦਾ ਕਿ ਚੱਲ ਲੱਗ ਗਈ ਆ 2-4-5 ਘੰਟੇ ਦੀ ਦੂਰੀ 'ਤੇ ਚੱਲ ਜਾਈਦਾ। ਹੁਣ ਆਪਾਂ ਸਪੈਸ਼ਲ ਉਹਨੂੰ ਟ੍ਰਿਪ 'ਤੇ ਟ੍ਰਿਪ ਨਹੀਂ ਕਹਿੰਦੇ, ਬਾਕੀ ਅਪਡੇਟ ਤੁਹਾਨੂੰ ਨਾਲ ਨਾਲ ਮਿਲੀ ਜਾਊਗੀ। ਇਸ ਟਾਈਮ 'ਤੇ ਅਪਡੇਟ ਭਾਜੀ ਦੇਖੋ ਇੰਨਾ ਹਾਰਡਵਰਕ ਕਰਨ ਡੇ ਲਿਆਓ ਭਾਜੀ, ਮੈਂ ਫੜ ਲੈਂਦਾ ਮੇਰਾ ਭਰਾ ਮੈਂ ਇਕੱਲਾ ਥੋੜ੍ਹੀ ਇਸ ਤਰ੍ਹਾਂ ਕਰੂੰਗਾ ਲਿਆਊਗਾ। ਲਓ ਵੀ ਸੱਜਣੋ, ਚੱਕਰ ਪੈ ਗਿਆ ਜੀ, ਕਹਿੰਦੇ ਕਿ ਜਿੱਥੇ ਆਪਾਂ ਸਟੇ ਕਰਨ ਡੇ ਹਾਂ ਉਹਦੇ ਲਾਗੇ ਕਿਤੇ ਅੱਗ ਲੱਗ ਗਈ, ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਆਪਣੇ ਬੰਦੇ ਕਹਿੰਦੇ ਸਾਡਾ ਫਰਜ਼ ਆ ਅਸੀਂ ਵੇਖ ਕੇ ਆਉਣਾ ਕੀ ਹੋਇਆ ਤਾਂ ਕਰਕੇ। ਲਓ ਵੀ ਸੱਜਣੋ, ਚੱਕਰ ਪੈ ਗਿਆ ਸੀ, ਅਸੀਂ ਲਾਗੇ ਉਹ ਵੇਖਣ ਚਲੇ ਗਏ ਸੀ, ਅਤੇ
ਬਾਬੇ ਦੀ ਕਿਰਪਾ ਨਾਲ ਸਭ ਓਕੇ ਆ ਅਤੇ ਅੱਗੇ ਅੱਗੇ ਬਣੇ ਰਹੋ, ਕੱਲ੍ਹ ਨੂੰ ਤੁਹਾਨੂੰ ਫਿਰ ਸਾਰਾ ਚੈੱਕ ਕਰਾਵਾਂਗੇ, ਵਲੋਗ ਬਣਾਉਣ ਦੀ ਨਾਲ ਉਹਨਾਂ ਨੂੰ ਕੋਸ਼ਿਸ਼ ਕਰਾਂਗੇ। ਲਓ ਜੀ ਮਿੱਤਰੋ, ਆਪਾਂ ਕੀਤੀ ਮਾੜੀ ਮੋਟੀ ਸ਼ੋਪਿੰਗ ਅਤੇ ਸ਼ੋਪਿੰਗ ਕਰਕੇ ਤੁਹਾਨੂੰ ਪਤਾ ਲੱਗ ਵੈਰੀ ਗੁੱਡ, ਬਹੁਤ ਅੱਛੀ ਸ਼ੋਪਿੰਗ ਹੈ। ਲਓ ਵੀ ਸੱਜਣੋ, ਸਰਪ੍ਰਾਈਜ਼ ਵਿਜ਼ਿਟ ਹੋਣ ਲੱਗੀ ਆ ਕਿਸੇ ਦੀ ਟ੍ਰਿਪ ਨੂੰ, ਚਾਰ ਚੰਨ ਲੱਗਣ ਵਾਲੇ ਮੇਰੇ ਵੀਰੇ, ਉਹ ਵੱਧ ਭਾਈ ਆਪਣਾ ਆਉਣ ਵਾਲਾ ਹੈ ਅਤੇ ਭਾਈ ਤੁਹਾਨੂੰ ਸਿੱਧਾ ਦਿਖਾਵਾਂਗੇ। ਲਓ ਵੀ ਸੱਜਣੋ, ਵੇਟ ਓਵਰ ਹੋ ਗਈ ਅਤੇ ਕਹਿੰਦੇ ਬੰਦਾ ਸਾਡਾ ਆ ਗਿਆ ਏ ਮੇਰੇ ਵੀਰੇ, ਕਹਿੰਦੇ ਆ ਗਿਆ ਏ, ਕੌਣ ਆਇਆ ਕਹਿੰਦੇ ਪੀਕੇ ਭਾਈ ਆਇਆ। ਲਓ ਵੀ ਸੱਜਣੋ, ਕਹਿੰਦੇ ਪੀਕੇ ਭਾਈ ਪਹੁੰਚ ਚੁੱਕੇ ਸਾਡੇ ਕੋਲ ਅਤੇ ਟ੍ਰਿਪ ਨੂੰ ਚਾਰ ਚੰਨ ਲੱਗ ਚੁੱਕੇ ਆ। ਹੁਣ ਦੱਸਾਂਗੇ ਜੈਪੁਰ ਕਿੱਦਾਂ, ਹੁਣ ਦੱਸਾਂਗੇ ਜੈਪੁਰ ਕਿੱਦਾਂ ਘੁੰਮੀਦਾ ਮੇਰੇ ਵੀਰੇ। ਉਹ ਆਹ ਵਾਲਾ ਜਿਹੜਾ ਵਲੌਗ ਹੈ ਨਾ ਆਪਣਾ, ਇਹ ਪਹਿਲੇ ਵਲੌਗ ਹੁੰਦੇ ਕਰਕੇ ਤੁਸੀਂ ਤਾਂ ਦੂਰ ਹੀ ਬੜੇ ਚੜ ਗਏ ਰੇ। ਕਿ ਜਿਹੜਾ ਆਹ ਵਾਲਾ ਵਲੌਗ ਹੈ ਨਾ, ਇਹ ਆਪਣਾ ਵਾਰਮ ਅਪ ਵਲੌਗ ਆ ਤੇ ਆਪਾਂ ਜਿਹੜਾ ਰਾਜਸਥਾਨ ਵਿਖਾਉਣਾ ਸ਼ੁਰੂ ਕਰਨਾ ਜਾਂ ਆਪਾਂ ਘੁੰਮਣਾ ਸ਼ੁਰੂ ਕਰਨਾ, ਇਕੱਲੀ ਚੀਜ਼ ਬਾਰੇ ਆਪਾਂ ਜਾਣਕਾਰੀ ਦੇਣੀ ਆ। ਅੱਛਾ ਠੀਕ ਹੈ ਨਾ, ਠੀਕ, ਬਾਕੀ ਪਲੇਨ ਆਪਣਾ ਬੰਦ ਕਰਿਆ ਮੇਰਾ ਭਰਾ, ਤੇਲ ਨਾ ਵਾਲਾ ਖਾ ਜੇ ਕਿਤੇ। ਸੱਜਣੋ, ਪੀਕੇ ਭਾਈ ਨੂੰ ਇੱਕ ਜਹਾਜ਼ ਤੋਂ ਉਤਾਰਿਆ ਤੇ ਦੂਜੇ ਜਹਾਜ਼ 'ਚ ਬਿਠਾ ਦਿੱਤਾ। ਮਿੱਤਰੋ, ਪੀਕੇ ਭਾਈ ਦਾ ਪਹੁੰਚ ਗਏ ਅਮਰੀਕਾ ਨਹੀਂ ਰਾਜਸਥਾਨ। ਲਓ ਵੀ ਮਿੱਤਰੋ, ਵਲੌਗ ਖਤਮ ਕਰਨ ਦਾ ਟਾਈਮ ਆ ਗਿਆ, ਹੁਣ ਸਵੇਰ ਤੋਂ ਅਸਲੀ ਵਲੌਗ ਘੁੰਮਣ ਫਿਰਨ ਨਾਲ ਸ਼ੁਰੂ ਕਰਾਂਗੇ। ਇਮਰਾਨ ਵੀਰ, ਵਲੌਗ ਓਵਰ ਅਗਲੇ ਵਲੌਗ ਚ ਮਿਲਦੇ ਹੋ, ਵਧੀਆ ਬਣਾਵਾਂਗੇ ਆਪਾਂ, ਉਹ ਚ ਤੁਹਾਨੂੰ ਦੱਸਾਂਗੇ ਗੱਲਬਾਤ ਕਿਹਨੂੰ ਕਹਿੰਦੇ ਆ।